ਦਿੱਲੀ ਦੇ ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮੋਰਚਾ ਜਾਰੀ ਹੈ। ਪੰਜਾਬ ਤੋਂ ਵੀ ਸੰਘਰਸ਼ਸ਼ੀਲ ਧਿਰਾਂ ਸ਼ਾਹੀਨ ਬਾਗ ਹਮਾਇਤ ਲਈ ਪਹੁੰਚ ਰਹੀਆਂ, ਪਰ ਮਾਨਸਾ ਤੋਂ ਇਸ ਮੋਰਚੇ ਦੀ ਹਮਾਇਤ ਲਈ ਨਿਕਲਿਆ ਕਿਸਾਨ ਜਥੇਬੰਦੀਆਂ ਦੇ ਵਫਦ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਰੋਕੇ ਜਾਣ ਖਿਲਾਫ ਕਿਸਾਨ ਜਥੇਬੰਦੀਆਂ ਨੇ ਰੋਸ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ ਆ। ਦਿੱਲੀ ਦੇ ਸ਼ਾਹੀਨ ਬਾਗ 'ਚ ਸੀਏ ਦੇ ਵਿਰੋਧ 'ਚ ਬਲ ਦੀ ਅੱਗ ਨੇ ਪੂਰੇ ਹਿੰਦੁਸਤਾਨ 'ਚ ਘਮਾਸਾਨ ਮਚਾਇਆ ਹੋਇਆ। ਕੇਂਦਰ ਸਰਕਾਰ ਦੇ ਖਿਲਾਫ ਲੋਕ ਸੜਕਾਂ ਤੇ ਬੈਠੇ ਨੇ। ਮਾਨਸਾ ਦੇ ਕਿਸਾਨਾਂ ਨੇ ਜਦੋਂ ਉਹਨਾਂ ਲੋਕਾਂ ਨੂੰ ਹਮਾਇਤ ਦੇਣ ਦੇ ਲਈ ਕੌਮੀ ਰਾਜਧਾਨੀ ਦੇ ਲਈ ਕੂਚ ਕੀਤਾ ਤਾਂ ਰਾਜ ਹੀ ਉਹਨਾਂ ਨੂੰ ਰੋਕ ਦਿੱਤਾ ਗਿਆ। ਫਿਰ ਕੀ ਸੀ, ਸੈਂਕੜੇ ਦੀ ਤਾਦਾਦ 'ਚ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੀ ਅਗਵਾਈ 'ਚ ਧਰਨਾ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਦੌਰਾਨ ਸਰਕਾਰ ਅਤੇ ਸੀਏ ਦੇ ਖਿਲਾਫ ਖੂਬ ਨਾਅਰੇਬਾਜ਼ੀ ਹੋਈ। ਜੋ ਮੋਦੀ ਅਮਿਤ ਸ਼ਾਹ ਜੋੜੀ ਨੇ CAA ਕਾਨੂੰਨ ਲੈ ਕੇ ਆਂਦਾ, ਉਹਦਾ ਵਿਰੋਧ ਹੋ ਰਿਹਾ ਹੈਗਾ ਤੇ ਉਸ ਵਿਰੋਧ ਦੇ ਵਿੱਚੋਂ ਹੀ 1.5 ਮਹੀਨੇ ਦੇ ਵਿੱਚ ਲਗਾਤਾਰ ਜਾਣੀ ਜਿਹੜਾ ਸ਼ਾਹੀਨ ਬਾਗ ਦਿੱਲੀ ਦੇ ਵਿੱਚ ਆ ਸੰਘਰਸ਼ ਚੱਲ ਰਿਹਾ, ਉਹ ਸੰਘਰਸ਼ ਦੀ ਹਮਾਇਤ ਤੇ ਕੱਲ ਸਾਡੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੀ ਅਗਵਾਈ ਦੇ ਵਿੱਚ 450 ਵਰਕਰ ਗਏ ਆ, ਪਰ ਉੱਥੋਂ ਦੀ ਦਿੱਲੀ ਸਰਕਾਰ ਨੇ ਆਪਦੀ ਪੁਲਿਸ ਨੂੰ ਲਾ ਕੇ ਉਹਨਾਂ ਨੂੰ ਘੇਰਿਆ ਹੋਇਆ, ਸ਼ਾਹੀਨ ਬਾਗ ਦੇ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ, ਉਹ ਲਗਾਤਾਰ ਪੁਲਿਸ ਨਾਲ ਭੇਟ ਕਰ ਰਹੇ ਆ। ਅਸੀਂ ਉਹਦੇ ਰੋਸ ਵਜੋਂ ਪੂਰੇ ਪੰਜਾਬ ਦੇ ਵਿੱਚ ਮੋਦੀ ਅਮਿਤ ਸ਼ਾਹ ਦੀਆਂ ਅਰਥੀਆਂ ਸਾੜ ਰਹੇ ਹਾਂ ਤਾਂ ਕਿ ਉਹਨਾਂ ਨੂੰ ਉੱਥੇ ਜਾਣ ਦਿੱਤਾ ਜਾਵੇ। ਅਸੀਂ ਹੁਣ ਤਾਂ ਇਹ ਪੰਜਾਬ ਦੇ ਵਿੱਚ ਕਈ ਥਾਵਾਂ 'ਤੇ ਹੈ, ਮਾਨਸਾ ਜ਼ਿਲ੍ਹੇ ਵਿੱਚ, ਮਾਨਸਾ, ਝਨੀਰ, ਬੁਢਲਾਡਾ ਦੇ ਵਿੱਚ ਜਿਹੜੀਆਂ ਕੇਂਦਰ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ, ਇਸ ਲਈ ਕਿ ਜਿਹੜਾ ਸਰਕਾਰ ਨੇ ਨਵਾਂ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਹੈ, ਉਸ ਨਾਗਰਿਕਤਾ ਸੋਧ ਕਾਨੂੰਨ ਦਾ ਦਿੱਲੀ ਦੇ ਸ਼ਾਹੀਨ ਬਾਗ ਦੇ ਵਿੱਚ ਪਿਛਲੇ 1.5 ਮਹੀਨੇ ਤੋਂ ਧਰਨਾ ਲਾ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ, ਜਿਹਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਜਾਂਦੇ ਆ। ਅਸੀਂ ਵੀ, ਸਾਡੀ ਜਥੇਬੰਦੀ ਦੇ ਕੱਲ੍ਹ 450 ਦੇ ਲਗਭਗ ਕਿਸਾਨ ਅਤੇ ਔਰਤਾਂ ਉਸ ਧਰਨੇ ਦੀ ਹਮਾਇਤ 'ਤੇ ਗਏ ਸੀਗੇ, ਜਿਨ੍ਹਾਂ ਨੂੰ ਦਿੱਲੀ ਦੇ ਵਿੱਚ ਧਰਨੇ ਤੋਂ 3 ਕਿਲੋਮੀਟਰ ਦੂਰ ਉਹਨਾਂ ਰੋਕ ਲਿਆ ਅਤੇ ਉੱਥੇ ਘੇਰਾਬੰਦੀ ਉਹਨਾਂ ਦੀ ਕੀਤੀ ਹੋਈ ਹੈ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਜਾਣ ਤੋਂ ਦੁਬਾਰਾ ਰੋਕਿਆ ਜਾਂਦਾ ਤਾਂ ਉਹ ਰੇਲ ਅਤੇ ਸੜਕ ਮਾਰਗ ਨੂੰ ਜਾਮ ਕਰਕੇ ਪ੍ਰਦਰਸ਼ਨ ਹੋਰ ਤੇਜ਼ ਕਰਨਗੇ। ਸ਼ਾਹੀਨ ਬਾਗ 'ਚ ਕਰੀਬ 50 ਦਿਨ ਤੋਂ ਮਹਿਲਾਵਾਂ ਨੇ ਧਰਨਾ ਦਿੱਤਾ ਹੋਇਆ ਅਤੇ CAA ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਵਿਨੋਦ ਗੋਇਲ ਦੇ ਨਾਲ ਨਿਊਜ਼ ਰਿਪੋਰਟ, ਸੀ ਮੀਡੀਆ, ਮਾਨਸਾ। ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਵੇਂ-ਨਵੇਂ ਵੀਡੀਓਜ਼ ਦੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਦਬਾਓ। ਹਾਂ, ਜੇ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਸਾਡੇ Facebook ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।